ਭੁੰਡੀ ਪਹਿਲਾਂ ਆਪਾਂ ਗੁਰਦੁਆਰੇ ਮੱਥਾ ਨਾ ਟੇਕ ਲਈਏ ਯਾਰ। ਚੱਲ ਟੇਕ ਲੈਂਦੇ ਆ ਯਾਰ, ਬਾਕੀ ਤੇਰੀ ਮਰਜ਼ੀ ਆ। ਚੱਲ ਯਾਰ। ਨਾਰਾਇਣ ਸਤਿ ਸ੍ਰੀ ਅਕਾਲ ਬਜ਼ੁਰਗੋ। ਬਜ਼ੁਰਗੋ ਲਿਆਂਦਾ ਬਰਾੜਾਂ ਦਾ ਪੋਤਾ। ਹੋਰ ਬਜ਼ੁਰਗੋ ਕੀ ਹਾਲ ਚਾਲ ਆ? ਆ ਗਿਆ ਪੁੱਤਰਾ ਪਿੰਡ ਯਾਦ ਨੂੰ। ਬਸ ਬਜ਼ੁਰਗੋ, ਪਿੰਡ ਕਿੱਥੇ ਭੁੱਲਦਾ, ਪਿੰਡ ਤਾਂ ਦਿਲਾਂ ਚ ਵੱਸਦਾ। ਇੱਥੇ ਸ਼ਰਾਰਤਾਂ ਕੀਤੀਆਂ, ਛੱਪੜ ਚ ਨਹਾਉਣਾ, ਮੱਝਾਂ ਦੀਆਂ ਪੁੱਛਾਂ ਫੜਨੀਆਂ, ਉਹ ਯਾਦਾਂ ਤਾਂ ਬਸ ਯਾਦਾਂ ਹੀ ਬਣ ਕੇ ਰਹਿ ਗਈਆਂ। ਮੇਰਾ ਦਾਦਾ ਤਾਂ ਮੇਰਾ ਪੱਗ ਵੱਟ ਯਾਰ ਸੀ, ਸਾਡੀ ਤਾਂ ਬਹੁਤ ਪੁਰਾਣੀ ਸਾਂਝ ਸੀ। ਹਾਂਜੀ ਹਾਂਜੀ। ਉਹ ਚੱਲ ਛੱਡ ਬਾਪੂ ਡਾਰਲਿੰਗ, ਆਪਣਾ ਚੁੰਡੀ ਹੁਣ ਮਹੀਨਾ ਇੱਥੇ ਹੀ ਆ, ਰੱਜ ਕੇ ਗੱਲਾਂ ਮਾਰਿਆ ਕਰਾਂਗੇ। ਪ੍ਰੀਤ ਆਪਣਾ ਪ੍ਰੀਤ। ਅੱਛਾ ਬਜ਼ੁਰਗੋ ਚੱਲਦੇ ਆ। ਚੱਲ ਚੰਗਾ ਪੁੰਡੀ, ਮਿਲਦੇ ਆ ਫਿਰ ਸ਼ਾਮ ਨੂੰ। ਓਕੇ। ਸਰਦਾਰ ਸੁਰਜਨ ਸਿਆਂ। ਪ੍ਰੀਤ ਪ੍ਰੀਤ। ਹੋਰ ਬਾਈ ਕੀ ਹਾਲ ਆ? ਬਹੁਤ ਵਧੀਆ ਵੀਰ, ਖੁਸ਼ ਹੋ ਗਈ ਵੀਰਾ ਤੈਨੂੰ ਮਿਲ ਕੇ। ਬੜੇ ਚਿਰ ਬਾਅਦ ਆਇਆ ਤੂੰ। ਚੱਲ ਪ੍ਰੀਤ ਆ ਬੈਠ। ਚੱਲ ਕੱਲਾ ਹੀ ਆ ਗਿਆ, ਇੱਥੇ ਆ, ਸਾਡੀ ਨਿਆਣੇ ਨੀ ਆਏ। ਬਸ ਬਾਈ ਛੁੱਟੀ ਨੀ ਮਿਲੀ ਉਹਨੂੰ, ਤੇ ਬੱਚਿਆਂ ਦੇ ਪੇਪਰ ਚੱਲਦੇ ਸੀ। ਯਾਰ ਪੇਪਰ ਤਾਂ ਚੱਲਦੇ ਰਹਿੰਦੇ ਆ, ਪਿੰਡ ਕਿਹੜਾ ਵਾਰ ਵਾਰ ਆਉਣਾ ਹੁੰਦਾ, ਲੈ ਆਉਂਦਾ ਵੀ ਆਪਣੇ ਤਾਏ ਨੂੰ। ਚੱਲ ਕੋਈ ਨਾ ਬਾਈ, ਅਗਲੀ ਵਾਰ ਜ਼ਰੂਰ ਲਿਆਉਂਗਾ। ਅਗਲੀ ਵਾਰ ਦਾ ਕੀ ਪਤਾ ਅਸੀਂ ਹੋਣਾ ਕਿ ਨਾ। ਚੱਲ ਕੋਈ ਨਾ ਬਾਈ, ਆਏ ਨੀ ਆਖੀਦਾ ਹੁੰਦਾ, ਇੱਥੇ ਹੀ ਆ ਆਪਾਂ। ਚੱਲ ਬੈਠ ਤੂੰ, ਮੈਂ ਤੇਰੇ ਲਈ ਲੱਸੀ ਲੈ ਕੇ ਆਇਆ। ਓਕੇ ਵੀਰ। ਲੈ ਵੀ ਸ਼ੇਰਾ, ਪੀ ਕੇ ਨਾ ਘਰ ਦੀ ਲੱਸੀ। ਬਾਈ ਬੜੇ ਚਿਰਾਂ ਬਾਅਦ ਲੱਸੀ ਦੇ ਦਰਸ਼ਨ ਹੋਏ ਆ। ਉੱਥੇ ਕਿਹੜਾ ਮਿਲਦੀ ਹੋਣੀ ਆ। ਨਾ ਨਾ ਬਾਈ, ਉੱਥੇ ਕਿੱਥੇ ਮਿਲਦੀ ਆ। ਚੱਲ ਪੀ ਫਿਰ, ਰੱਜ ਰੱਜ ਕੇ ਪੀ। ਬੜੀ ਸਵਾਦ ਆ ਬਾਈ, ਪਿੰਡ ਦੀ ਲੱਸੀ ਆ, ਘਰ ਦੀ ਲੱਸੀ ਆ। ਸਹੀ ਗੱਲ ਆ, ਸਵਾਦ ਤੇ ਹੋਊ। ਤੈਨੂੰ ਕਿੱਦਾਂ ਦਾ ਲੱਗਾ ਪਿੰਡ ਇੰਨੇ ਸਾਲਾਂ ਬਾਅਦ ਦੇਖ ਕੇ? ਵਧੀਆ ਬਾਈ। ਦੇਖਣਾ ਤਾਂ ਹੋਣਾ ਹਜੇ, ਪਿੰਡ ਵੇਖਿਆ ਤਾਂ ਨੀ ਗੇੜਾ? ਨਹੀਂ ਬਾਈ, ਗੇੜਾ ਤਾਂ ਹਜੇ ਲਾਉਣਾ, ਵਾਹਵਾ ਚਿਰ ਬਾਅਦ ਆਇਆ ਪਿੰਡ, ਗੇੜਾ ਲਾਉਣ ਨੂੰ ਤਾਂ ਜੀ ਕਰਦਾ। ਇਹ ਚ ਕਿਹੜੀ ਵੱਡੀ ਗੱਲ ਆ, ਆਪਾਂ ਹੁਣੇ ਭੁੰਡੀ ਵਾਲਾ ਜਹਾਜ਼ ਮੰਗਾ ਲੈਂਦੇ ਆ, ਕੱਢਿਆ ਉਹ ਗੇੜਾ। ਜਾਵਾਂਗੇ ਤਾਂ ਜਹਾਜ਼ ਤੇ ਹੀ, ਪਰ ਭੁੰਡੀ ਵਾਲੇ ਤੇ ਨਹੀਂ, ਆਪਣੇ ਜਹਾਜ਼ ਤੇ ਜਾਵਾਂਗੇ। ਅੱਛਾ, ਉਹ ਤਾਂ ਤਿਆਰ ਹੀ ਖੜਾ, ਜਦੋਂ ਮਰਜ਼ੀ। ਚੱਲ ਪੀ ਫਿਰ, ਕੱਢਿਆ ਹੁੰਦੇ ਆ ਗੇੜਾ। ਸੁਰਜਨ ਸਿੰਘ ਤੇ ਨਸੀਬੋ ਇਕੱਠੇ ਹੀ ਪੜ੍ਹਦੇ ਸੀ, ਉਹਨਾਂ ਦੀ ਦੋਸਤੀ ਕਿੰਜ ਪਿਆਰ ਵਿੱਚ ਬਦਲ ਗਈ ਇਸ ਗੱਲ ਦਾ ਉਹਨਾਂ ਨੂੰ ਵੀ ਨਹੀਂ ਪਤਾ ਲੱਗਾ, ਪਰ ਨਸੀਬੋ ਦੇ ਖਿਆਲਾਤ ਕੁਝ ਵੱਡੇ ਸੀ। ਉਹ ਫਿਲਮ ਵਿੱਚ ਇੱਕ ਵੱਡੀ ਅਦਾਕਾਰਾ ਬਣਨਾ ਚਾਹੁੰਦੀ, ਜੋ ਕਿ ਸੁਰਜਨ ਸਿੰਘ ਨੂੰ ਨਾ ਮਨਜ਼ੂਰ ਸੀ। ਇਸੇ ਕਾਰਨ ਇਸ ਰਿਸ਼ਤੇ ਵਿੱਚ ਦਰਾਰ ਪੈਦਾ ਹੋ ਤੇ ਨਸੀਬੋ ਪਿੰਡ ਛੱਡ ਕੇ ਚੰਡੀਗੜ੍ਹ ਚਲੀ ਗਈ। ਪਰ ਸੁਰਜਨ ਸਿੰਘ ਦੇ ਦਿਲ ਵਿੱਚ ਨਸੀਬੋ ਤੇ ਨਸੀਬੋ ਦਾ ਪਿਆਰ ਹਜੇ ਵੀ ਬਰਕਰਾਰ, ਤੇ ਆਓ ਦੇਖਦੇ ਆ ਨਸੀਬੋ ਦਾ ਅਗਲਾ ਪੜਾਅ।